ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਸਵਰਗਵਾਸੀ ਅਮਰ ਸਿੰਘ ਬੱਲ ਅਤੇ ਸਰਦਾਰਨੀ ਜੀਤ ਕੌਰ ਬੱਲ ਦੀ ਯਾਦ ਵਿੱਚ ਸਮੂਹ ਬੱਲ ਪਰਿਵਾਰ ਦੇ ਸਹਿਯੋਗ ਨਾਲ ਸਲਾਨਾ ਅੱਖਾਂ ਦਾ ਫ੍ਰੀ ਕੈਂਪ ਪਿੰਡ ਬਟਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪ੍ਰਵਾਸੀ ਭਾਰਤੀ ਹੀਰਾ ਸਿੰਘ ਬੱਲ ਅਤੇ ਚੇਅਰਮੈਨ ਅਸ਼ੋਕ ਢਿਲਵਾਂ ਨੇ ਸਾਂਝੇ ਤੌਰ 'ਤੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਆਉਂਦੇ ਸਾਲ ਨਾਮਰਾਦ ਬਿਮਾਰੀ ਕੈਂਸਰ ਬਾਰੇ ਵੀ ਫ੍ਰੀ ਕੈਂਪ ਲਗਾਇਆ ਜਾਵੇਗਾ। ਇਸ ਉਪਰੰਤ ਅੱਖਾਂ ਦੇ ਫ੍ਰੀ ਕੈਂਪ ਵਿੱਚ ਥਿੰਦਾਈ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰ ਪਰਮਿੰਦਰ ਸਿੰਘ ਥਿੰਦ ਨੇ ਸਮੂਹ ਮਰੀਜ਼ਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਅੱਖਾਂ ਦੇ ਫ੍ਰੀ ਕੈਂਪ ਵਿੱਚ ਥਿੰਦ ਆਈ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰ ਪਰਮਿੰਦਰ ਥਿੰਦ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਟੋਟਲ 386 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 33 ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਗਿਆ। ਹਾਂਜੀ, ਕੋਈ ਗੱਲ ਨਹੀਂ, ਇਹ ਵੀ ਸਾਡੇ ਮਾਇੰਡ ਵਿੱਚ ਹੈਗਾ ਕਿ ਜੇ ਕੋਈ ਬੱਚਾ ਲੜਕੀ ਜਾਂ ਲੜਕਾ ਕੋਈ ਵੀ ਹੋਵੇ, ਜੇ ਕੋਈ ਬੱਚਾ ਪੜ੍ਹਨ ਵਾਲਾ ਹੈਗਾ ਅਤੇ ਉਹਦੇ ਕੋਈ ਫਾਈਨੈਂਸ਼ਲੀ ਪ੍ਰੋਬਲਮ ਆ, ਤਾਂ ਅਸੀਂ ਉਹਨੂੰ ਜਿੰਨੀ ਹੋ ਸਕੇ ਅਸੀਂ ਹੈਲਪ ਕਰਾਂਗੇ, ਉਹਦੀ ਜ਼ਰੂਰ ਕਰਾਂਗੇ। ਪਰ ਉਹਦੀ ਬਸ਼ਰਤ ਇਹ ਹੈ ਕਿ ਬੱਚਾ ਲਾਇਕ ਹੋਵੇ, ਪੜ੍ਹਨ ਦੇ ਯੋਗ ਹੋਵੇ ਅਤੇ ਉਹ ਪੜ੍ਹੇ, ਤਾਂ ਅਸੀਂ ਉਹਦੀ ਜ਼ਰੂਰ ਹੈਲਪ ਕਰਾਂਗੇ, ਨੋ ਪ੍ਰੋਬਲਮ। ਹਾਂਜੀ, ਸਾਰਿਆਂ ਨੂੰ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹੀਰਾ ਸਿੰਘ ਬੱਲ, ਸਨ ਆਫ ਸਰਦਾਰ ਸੋਹਣ ਸਿੰਘ ਬੱਲ, ਅਤੇ ਮੈਂ ਇਸ ਪਿੰਡ ਦਾ ਵਸਨੀਕ ਹਾਂ, ਪ੍ਰਿੰਸੀਪਲ ਬਟਾਲਾ ਡਿਸਟ੍ਰਿਕਟ ਕਪੂਰਥਲਾ, ਅਤੇ ਮੈਂ ਇਸ ਟਾਈਮ ਕਨੇਡਾ 'ਚ ਵੈਲ ਸੈਟਲ ਹਾਂ ਜੀ, ਅਤੇ ਹਰ ਸਾਲ ਕੋਸ਼ਿਸ਼ ਕਰਦੇ ਹਾਂ ਦੂਜਾ ਕੋਈ ਚੰਗਾ ਕਰਨ ਦੀ, ਅਤੇ ਅੱਖਾਂ ਦਾ ਕੈਂਪ ਲਾਈਦਾ ਸਾਡਾ 6ਵਾਂ ਕੈਂਪ ਆ ਇਹਦਾ, ਅਤੇ ਇਹਦੇ ਵਿੱਚ ਦੂਜਾ ਅਸੀਂ ਉਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਗਰੀਬ ਲੋਕ ਆ, ਜਿਹਨਾਂ ਨੂੰ ਲੋੜਵੰਦ ਲੋਕ ਆ, ਉਹਨਾਂ ਦੇ ਫ੍ਰੀ ਆਪਰੇਸ਼ਨ ਹੋਣ, ਅੱਖਾਂ ਦੀ ਚੈੱਕਅਪ ਹੋਵੇ, ਦਵਾਈ ਦਾਰੂ ਐਨਕਾਂ ਫ੍ਰੀ ਦਿੱਤੀਆਂ ਜਾਣ, ਜਿਹੜੇ ਲੋੜਵੰਦ ਆਪਰੇਸ਼ਨ ਹੁੰਦਾ ਉਹਨਾਂ ਦੇ ਲੈਣ ਪੀਣ ਦੇ, ਉਹ ਵੀ ਫ੍ਰੀ, ਅਤੇ ਇਹੋ ਕੋਸ਼ਿਸ਼ ਆ ਅਗਲੇ ਸਾਲ ਤੋਂ ਹੋਰ ਚੰਗਾ ਉਪਰਾਲਾ ਕਰਨ ਦੀ ਕੋਸ਼ਿਸ਼ ਕਰਾਂਗੇ, ਮਾਲਕ ਚੰਗਾ ਕੰਮ ਕਰਾਵੇ ਸਾਡੇ ਕੋਲ। ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜਾ ਕੈਂਪ ਤੁਸੀਂ ਲਾ ਰਹੇ ਹਾਂ, ਹਾਂਜੀ, ਇਹ ਕਿਹਦੀ ਯਾਦ ਵਿੱਚ ਆ, ਔਰ ਉਹ ਕਿਹਨਾਂ ਨੂੰ ਸਮਰਪਿਤ ਆ, ਔਰ ਉਹ ਜਿਹੜਾ ਅੱਖਾਂ ਦਾ ਕੈਂਪ ਬਿਲਕੁਲ ਫ੍ਰੀ ਆ, ਔਰ ਬਹੁਤ ਆਸ ਵਾਲੇ ਪਿੰਡਾਂ ਤੋਂ ਵੀ ਲੋਕ ਇੱਥੇ ਆ ਕੇ ਦਵਾਈਆਂ ਫ੍ਰੀ ਲੈ ਰਹੇ ਆ, ਅੱਖਾਂ ਦਾ ਤੁਸੀਂ ਲਾਇਆ ਵਾ। ਅੱਜ ਕੱਲ੍ਹ ਇੱਕ ਕੈਂਸਰ ਵਰਗੀ ਔਰ ਨਾਮਰਾਦ ਬਿਮਾਰੀ ਔਰ ਨਸ਼ੇ ਵਾਲੀ ਜਿਹੜੀ ਸਮੱਸਿਆ ਵਾ, ਉਹ ਇਲਾਕੇ ਵਿੱਚ ਬਹੁਤ ਫੈਲੀ ਹੋਈ ਆ, ਔਰ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਦਾ ਅਖੀਰ ਨਸ਼ਿਆਂ ਦੇ ਕਾਰਨ ਉਹਨਾਂ ਦਾ ਜਿਹੜਾ ਵਾ ਜੀਵਨ ਦਾ ਜ਼ਿੰਦਗੀਆਂ ਜਿਹੜੀਆਂ ਖਤਮ ਹੋ ਰਹੀਆਂ ਵਾ। ਤੁਸੀਂ ਇਸ ਸੰਬੰਧੀ ਗਾਹ ਕਨੇਡਾ ਤੋਂ ਅਗਲੇ ਸਾਲ ਆਉਂਗੇ ਜਦੋਂ, ਕੀ ਉਪਰਾਲਾ ਕਰੋਗੇ ਨਸ਼ਿਆਂ ਨੂੰ ਰੋਕਣ ਲਈ, ਜਾਂ ਇਹਨਾਂ ਨੂੰ ਜਿਹੜੇ ਨੌਜਵਾਨ ਐਸਾ ਵਰਗ ਜਿਹੜਾ ਵਾ ਨਸ਼ਿਆਂ ਦੇ ਜਾਲ 'ਚ ਫਸ ਕੇ ਮੌਤ ਦੇ ਕੰਢੇ ਜਾ ਰਿਹਾ ਵਾ, ਉਹਨਾਂ ਵਾਸਤੇ ਤੁਸੀਂ ਕੀ ਉਪਰਾਲਾ ਕਰੋਗੇ? ਹਾਂਜੀ ਜੀ, ਕੋਸ਼ਿਸ਼ ਹੈਗੀ ਅਸੀਂ ਕਿ ਨੈਕਸਟ ਈਅਰ ਆਈਏ ਅਤੇ ਇਹਨੂੰ ਹੋਰ ਥੋੜ੍ਹਾ ਅਪਡੇਟ ਕਰੀਏ, ਜਿੱਦਾਂ ਇਹਨੂੰ ਥੋੜ੍ਹਾ ਵਧਾਈਏ ਇਸ ਚੀਜ਼ ਨੂੰ, ਦੇ ਜਿੰਨਾ ਜਿਹੜਾ ਹੈਗਾ ਵਾ ਲੋਕਾਂ ਦੇ ਵਿੱਚ ਜੇ ਕੋਈ ਭਲੇ ਦਾ ਕੰਮ ਹੁੰਦਾ ਤਾਂ ਕਰਨਾ ਚਾਹੀਦਾ। ਨੌਜਵਾਨਾਂ ਨੂੰ ਵੀ ਪ੍ਰਪੇਅਰ ਕਰਾਂਗੇ ਨਸ਼ੇ ਵਾਸਤੇ ਵੀ, ਜੇ ਕੋਈ ਨਾ ਮਤਲਬ ਕਿ ਇੱਥੋਂ ਬਚਿਆ ਜਾ ਸਕੇ, ਔਰ ਟਰਾਈ ਵੀ ਕਰਾਂ ਕੋਈ ਇਹੋ ਜਿਹਾ ਕੈਂਪ ਲਾਇਆ ਜਾਵੇ ਜਿਹਦੇ ਵਿੱਚ ਉਹਨਾਂ ਨੂੰ ਸਿੱਖਿਆ ਦਿੱਤੀ ਜਾਵੇ, ਚੰਗੇ ਬੰਦੇ ਵਿਦਵਾਨ ਹੋਣ ਜਿਹੜੇ ਦੱਸਣ ਕਿ ਹਾਂ ਵੀ ਨਸ਼ਾ ਨਾ ਕਰੋ। ਅਤੇ ਬਾਕੀ ਕੈਂਸਰ ਵਾਸਤੇ ਵੀ ਅਸੀਂ ਸਾਡੀ ਇੱਕ ਟੀਮ ਨਾਲ ਗੱਲ ਚੱਲਦੀ ਹੈ, ਸ਼ਾਇਦ ਨੈਕਸਟ ਈਅਰ ਅਸੀਂ ਕੈਂਸਰ ਦਾ ਵੀ ਨਾਲ ਕਰਾਈਏ, ਜਿਹੜਾ ਚੈੱਕਅਪ ਕੈਂਪ ਆ ਮਤਲਬ ਉਹ ਕਰਾਈਏ ਇੱਦਾਂ ਦੀ। ਅੱਗੇ ਦੇਖੋ ਜੋ ਮਾਲਕ ਦੇ ਹੱਥ ਆ ਉਹ ਹੋਊਗਾ ਜੀ। ਗੋਬਿੰਦ ਸੁਖੀਜਾ, ਦਿਵਿਆ ਪੰਜਾਬ ਟੀਵੀ, ਜਲੰਧਰ।